ਦੇਸ਼ ਭਰ 'ਚ ਕਰੋਨਾ ਵਾਇਰਸ ਕਾਰਨ ਲੋਕਡਾਊਨ ਲੱਗਿਆ ਹੋਇਆ। ਇਸ ਲੋਕਡਾਊਨ ਦੇ ਚੱਲਦਿਆਂ ਜਿੱਥੇ ਲੋਕਾਂ ਨੂੰ ਜ਼ਰੂਰੀ ਵਸਤਾਂ ਦੀ ਖਰੀਦ ਲਈ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਉੱਥੇ ਪੈਸੇ ਪੱਖੋਂ ਵੀ ਲੋਕਾਂ ਨੂੰ ਖੱਜਲ ਖੁਆਰ ਹੁੰਦਿਆਂ ਦੇਖ ਪੰਜਾਬ ਸਰਕਾਰ ਵੱਲੋਂ ਬੈਂਕਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ। ਪਰ ਕਰੋਨਾ ਵਾਇਰਸ ਕਾਰਨ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ ਦੇ ਨਿਯਮ ਨੂੰ ਧਿਆਨ 'ਚ ਰੱਖਣ ਦੀ ਵੀ ਗੱਲ ਆਖੀ ਗਈ ਸੀ। ਇਹਨਾਂ ਨਿਯਮਾਂ ਦੀ ਪਾਲਣਾ ਹੁੰਦੀ ਬਠਿੰਡਾ 'ਚ ਸਾਫ਼ ਦਿਖਾਈ ਦਿੱਤੀ, ਜਿੱਥੇ ਬੈਂਕ 'ਚ ਪੈਸੇ ਕਢਾਉਣ ਆਏ ਲੋਕਾਂ ਨੂੰ ਪੁਲਿਸ ਮੁਲਾਜ਼ਮਾਂ ਨੇ ਲਾਈਨ ਬਣਾ ਕੇ ਟੋਕਨ ਨੰਬਰ ਦਿੱਤੇ। ਇਸ ਸੰਬੰਧੀ ਬੈਂਕ 'ਚੋਂ ਪੈਨਸ਼ਨ ਲੈਣ ਆਏ ਬਜ਼ੁਰਗ ਵਿਅਕਤੀ ਦਾ ਕਹਿਣਾ ਕਿ ਪੁਲਿਸ ਮੁਲਾਜ਼ਮਾਂ ਨੇ ਇੱਕ ਦੂਜੇ ਤੋਂ ਦੂਰ ਰੱਖਿਆ ਹੋਇਆ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਆਵੇ, ਇਸ ਲਈ ਹਰ ਸਹੂਲਤ ਦਿੱਤੀ ਜਾ ਰਹੀ ਹੈ। ਆਸ਼ਾ, ਹਾਂਜੀ, ਬੈਂਕ ਦੇ ਵਿੱਚ ਉਹ ਅੱਜ ਪੈਨਸ਼ਨ ਲੈਣ ਵਾਸਤੇ ਆਏ ਹੈ ਅਤੇ ਬੈਂਕ ਵਾਲਿਆਂ ਨੇ ਬਹੁਤ ਵਧੀਆ ਤਰੀਕੇ ਨਾਲ ਲਾਈਨਾਂ ਲਵਾਈਆਂ ਹੋਈਆਂ ਅਤੇ ਵਧੀਆ ਪਾਣੀ ਦਾ ਵੀ ਬੜਾ ਅਰੇਂਜਮੈਂਟ ਹੈ ਅਤੇ ਹਰ ਤਰੀਕੇ ਨਾਲ ਇਹਨਾਂ ਨੇ ਟੋਕਨ ਵੰਡੇ ਹੋਏ ਹੈ, ਹਰ ਇੱਕ ਬੰਦੇ ਨੂੰ ਟੋਕਨ ਦਿੱਤਾ ਹੋਇਆ ਅਤੇ ਬਾਰੀ ਨਾਲ ਆਪਦਾ ਆਪਣੇ ਪੈਸੇ ਕਢਾਓ ਅਤੇ ਆਪਦੇ ਘਰਾਂ ਨੂੰ ਜਾਓ। ਚੰਗੀ ਦੂਰੀ ਰੱਖੀ ਹੋਈ ਹੈ, ਚੰਗਾ ਵਧੀਆ ਅਰੇਂਜਮੈਂਟ ਹੈ। ਗੱਲ ਇਹ ਹੈ ਜੀ, ਕਰੋਨਾ ਕਰਕੇ ਯੂ ਆਲਸੋ ਨੂੰ ਕਿ ਆਪਾਂ ਨੂੰ ਕਿਹਾ ਗਿਆ ਵੀ ਸਟੇ ਹੋਮ, ਸਾਰੇ ਆਪਦੇ ਘਰਾਂ ਵਿੱਚ ਰਹੋ, ਅਤੇ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਤੱਕ ਰਾਸ਼ਨ ਪਹੁੰਚ ਵੀ ਰਿਹਾ ਬਟ ਪੈਸੇ ਮੁੱਕ ਗਏ ਨੇ, ਪੈਸੇ ਨਹੀਂ ਹੈਗੇ ਲੋਕਾਂ ਕੋਲ, ਅਤੇ ਜਿਹੜੇ ਪੈਨਸ਼ਨ ਡੇਜ ਚੱਲਦੇ ਪਏ ਆ, ਪੈਨਸ਼ਨਸ ਆ ਗਈਆਂ ਹੁਣ ਲੋਕਾਂ ਕੋਲ, ਇਸ ਕਰਕੇ ਜਿਹੜੇ ਬਜ਼ੁਰਗ ਨੇ ਜੀ ਇਹਨਾਂ ਦੀਆਂ ਪੈਨਸ਼ਨਸ ਲੈਣ ਵਾਸਤੇ ਇਹਨਾਂ ਦੀਆਂ ਲਾਈਨਸ ਲੱਗੀਆਂ ਨੇ। ਥਿੰਗ ਇਸ ਕਿ ਇੱਥੇ ਕਰਾਊਡ ਨਾ ਹੋਵੇ, ਇਸ ਕਰਕੇ ਅਸੀਂ ਇੱਕ ਇੱਕ ਮੀਟਰ ਦੀਆਂ ਇਹਨਾਂ ਨੂੰ ਹਦਾਇਤਾਂ ਨਾਲੋਂ ਨਾਲ ਕਰੀ ਜਾਂਦੇ ਹਾਂ। ਸਾਡੀ ਪੁਲਿਸ ਫੋਰਸ ਵੀ ਇੱਥੇ ਤਾਇਨਾਤ ਆ, ਬੈਂਕ ਵਾਲੇ ਵੀ ਬਹੁਤ ਜ਼ਿਆਦਾ ਅਥਾਰਟੀਜ਼ ਨੇ ਜਿਹੜੀਆਂ, ਉਹਨਾਂ ਨੂੰ ਵੀ ਅਸੀਂ ਹੈਲਪ, ਉਹਨਾਂ ਦੀ ਹੈਲਪ ਵੀ ਲੈ ਰਹੇ ਹਾਂ। ਅਸੀਂ ਇਹਨਾਂ ਨੂੰ ਹੁਣ ਜਿਹੜਾ ਨਵਾਂ ਪ੍ਰੋਸੀਜਰ ਕੀਤਾ ਸੀ, ਇਹਨਾਂ ਨੂੰ ਟੋਕਨਸ ਦੇ ਰਹੇ ਹਾਂ। ਟੋਕਨਸ ਕੀ ਹੈ, ਨੰਬਰ ਵਾਈਜ਼ ਆ, ਜਿਹੜੇ ਜਿਵੇਂ ਬਜ਼ੁਰਗ ਨੇ ਧੁੱਪ 'ਚ ਜ਼ਿਆਦਾ ਨਹੀਂ ਖੜ ਸਕਦੇ, ਉਸ ਕਰਕੇ ਉਹਨਾਂ ਨੂੰ ਕੀ ਕਰ ਰਹੇ ਹਾਂ ਕਿ ਉਹਨਾਂ ਨੂੰ ਟੋਕਨਸ ਵੰਡ ਦਿੱਤੇ, ਉਹਨਾਂ ਦੀ ਜਦੋਂ ਟਰਨ ਆਊਗੀ ਸੋ ਦੈਟ ਦੇ ਕੁਡ ਐਂਟਰ ਦਾ ਬੈਂਕ ਕੇ ਆਪਦਾ ਕੰਮ ਕਰ ਸਕਣ, ਜੋ ਵੀ ਉਹਨਾਂ ਨੂੰ ਲੋੜ ਹੁੰਦਾ ਉਹਨਾਂ ਦਾ ਪੈਸਾ ਉਹ ਲੈ ਸਕਣ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।